ਜਿਸ਼ਾਨ ਸਲੀਮ ਮੇਰੇ ਕੋਲ ਖਲੋਤੇ ਨੇ ਮੈਨੂੰ ਕਹਿੰਦੇ ਨੇ ਕਿ ਅਸੀਂ ਪੈਗਾਮ ਦੇਈਏ ਇਸ ਵੀਡੀਓ ਦੇ ਜ਼ਰੀਏ ਕਿ ਸਾਡੇ ਜੇ ਲੋਕ ਹੋਣ ਕਵਾਨ ਹੋਣ ਉਹ ਹਿੰਦਕੋ ਆਲਮੀ ਕਾਨਫਰੰਸ ਜਿਹੜੀ ਹੁੰਦੀ ਪੇ 7ਵੀਂ ਇਹਦੇ ਜੋ ਸ਼ਿਰਕਤ ਕਰਨ ਅਤੇ ਇਹ ਮੈਂ ਤੁਹਾਨੂੰ ਮੁਖਤਸਰ ਜਿਹਾ ਬਤਾਉਣਾ ਵਾਂ ਇਹ ਜਗ੍ਹਾ 'ਤੇ ਕਾਨਫਰੰਸ ਹੋ ਸੀ 5 ਅਤੇ 6 ਜਨਵਰੀ ਨੂੰ ਸੁਬਹਾ 9:30 ਵਜੇ ਸ਼ੁਰੂ ਹੋ ਸੀ ਅਤੇ ਸ਼ਾਮ ਤੱਕ ਜਾਰੀ ਰਹੇ ਇਸ ਵਕਫੇ ਵੀ ਹੋ ਸੀ ਉਹਨਾਂ ਦੇ ਸਾਨੇ ਤਮਾਮ ਕੀਤਾ ਲੋਕਾਂ ਨੂੰ ਸਾਨੇ ਬਾਹਰ ਸੀ ਬਾਹਰ ਦੇ ਮੁਲਕਾਂ ਸੀ ਬੁਲਾਇਆ ਹੈ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ 'ਚੋਂ ਵੀ ਲੋਕ ਆਉਂਦੇ ਪਏ ਅਤੇ ਉਹ ਹਿੰਦਕੋ ਜ਼ੁਬਾਨ ਅਤੇ ਹਿੰਦਕੋ ਜ਼ੁਬਾਨ ਦੀ ਤਾਰੀਖ ਅਤੇ ਉਸਦੇ ਬਾਰੇ ਗੱਲ ਕਰ ਸਕਦੇ ਅਤੇ ਦੂਸਰਾ ਬਤਾ ਸਕਣ ਕਿ ਸਾਡੀਆਂ ਜਿਹੜੀਆਂ ਹਿੰਦ ਦਰਿਆਈ ਜ਼ੁਬਾਨਾਂ ਹੋਣ ਅਤੇ ਪਾਕਿਸਤਾਨ ਦੀਆਂ ਸਾਰੀਆਂ ਜ਼ੁਬਾਨਾਂ ਇਹਨਾਂ ਦਰਮਿਆਨ ਆਪਸ ਵਿੱਚ ਰਿਸ਼ਤਾ ਬੜਾ ਜ਼ਬਰਦਸਤ ਰਿਸ਼ਤਾ ਹੋਏ ਵੈਸੇ ਤਾਂ ਕਹਿੰਦੇ ਨੇ ਕਿ ਪਾਕਿਸਤਾਨ ਕਬੀਲ ਲਸਾਨੀ ਮੁਲਕ ਹੈ ਲੇਕਿਨ ਇਹ ਤੁਸੀਂ ਹੈਰਾਨ ਹੋ ਸਕੋ ਕਿ ਇਸ ਇਹਨਾਂ ਜ਼ੁਬਾਨਾਂ ਦਰਮਿਆਨ ਬੜਾ ਜ਼ਬਰਦਸਤ ਕਿਸਮ ਦਾ ਰਿਸ਼ਤਾ ਆਪਸ ਵਿੱਚ ਕਾਇਮ ਹੈ ਅਸੀਂ ਉਸੇ ਰਿਸ਼ਤੇ ਦੀ ਜਿਹੜੀ ਖੋਜ ਪਰ ਲਗਾਉਂਦੇ ਹਾਂ ਅਤੇ ਸਾਡੇ ਇੱਥੇ ਲੋਕ ਆ ਸੁਣ ਅਤੇ ਗੱਲਾਂ ਵੀ ਕਰ ਸੁਣ ਅਤੇ ਗੱਲਾਂ ਦੇ ਨਾਲ ਤੁਸੀਂ ਹਿੰਦਕੋ ਦੇ ਮੂਸੀਕੀ ਸੀ ਵੀ ਲੁਤਫਨੋਜ਼ ਹੋ ਸੋ ਅਤੇ ਹਿੰਦਕੋ ਦੀ ਕਿਤਾਬਾਂ ਅਤੇ ਹਿੰਦਕੋ ਦੇ ਰਿਸਾਲੇ ਅਤੇ ਹਿੰਦਕੋ ਦੀ ਤਸਵੀਰਾਂ ਪਿਸ਼ੋਰ ਦੀਆਂ ਤਾਰੀਖੀ ਤਸਵੀਰਾਂ ਤੁਸੀਂ ਇੱਥੇ ਆ ਕੇ ਦੇਖ ਸੋ ਸਾਨੇ ਤਕਰੀਬਨ ਕੋਈ 3000 ਸੀ ਜ਼ਿਆਦਾ ਤਸਵੀਰਾਂ ਦਾ ਤਮਾਮ ਸਾਨੇ ਕਰਨੇ ਪਿਆ ਇਸੇ ਤਰ੍ਹਾਂ ਸਾਡੇ ਹਿੰਦਕੋ ਦੀ ਖਤਾਤੀ ਅਹਿਮਦ ਅਲੀ ਸਾਈਂ ਦਾ ਜਿਹੜਾ ਕਲਾਮ ਹੈ ਉਹ ਹਿੰਦਕੋ ਦੀ ਖਤਾਤੀ ਦੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਸੀ ਬੱਚਿਆਂ ਸੇ ਵੀ ਪ੍ਰੋਗਰਾਮ ਸਾਨੂੰ ਰੱਖਿਆ ਹੈ ਸਾਨੂੰ ਨੌਜਵਾਨਾਂ ਸੇ ਵੀ ਸਾਨੇ ਤੁਸੀਂ ਇੱਥੇ ਆਸੋ ਤੁਹਾਨੂੰ ਅਸੀਂ ਸਾਨੇ ਤਮਾਮ ਦਾ ਵੀ ਸਾਡੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਤੁਹਾਡੇ ਤੇ ਸਾਨੇ ਚਾਹਾਂ ਦਾ ਇੰਤਜ਼ਾਮ ਵੀ ਕੀਤਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸ਼ਿਰਕਤ ਕਰੋ ਯਾਨੀ ਕੱਲ੍ਹ ਹਫ਼ਤੇ ਦਿਨ 9:30 ਵਜੇ ਤੁਸੀਂ ਇਸ ਜਗ੍ਹਾ 'ਤੇ ਤਸ਼ਰੀਫ ਲਿਆਓ ਅਤੇ ਤੁਸੀਂ ਬੜਾ ਮਹਿਸੂਸ ਹੋ ਸੋ ਅਤੇ ਸਾਡਾ ਪ੍ਰੋਗਰਾਮ ਜੋ ਹੁੰਦਾ ਇਹ ਇੱਕ ਫੈਮਿਲੀ ਪ੍ਰੋਗਰਾਮ ਹੁੰਦਾ ਇੱਕ ਮੇਲਾ ਹੁੰਦਾ ਇਨਸ਼ਾਅੱਲਾ ਅਤੇ ਤੁਸੀਂ ਇਸ ਵੇਲੇ ਬਹੁਤ ਜ਼ਿਆਦਾ ਮਹਿਸੂਸ ਹੋ ਸੋ ਤੁਹਾਨੂੰ ਅਸੀਂ ਕਹਿੰਦੇ ਹਾਂ ਖੈਰ ਨਾ ਲਾਓ ਅਤੇ ਜਮ ਜਮ ਆਓ ਇਸ ਜਗ੍ਹਾ 'ਤੇ ਅਤੇ ਤੁਹਾਨੇ ਤਮਾਮ ਵੀ ਕੀਤਾ ਤੁਹਾਡੇ ਪਿਕ ਐਂਡ ਡਰਾਪ ਦਾ ਵੀ ਤੁਸੀਂ ਉਸੇ ਵੀ ਸਹੂਲਤ ਫਾਇਦਾ ਚੁੱਕ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਤੁਹਾਡੇ ਆਮਦ ਦੇ ਅਸੀਂ ਤਲਬਗਾਰ ਹਾਂ ਅਸੀਂ ਤੁਸੀਂ ਇੰਤਜ਼ਾਰ ਪੈ ਕਰਨਾ ਕਿ ਤੁਸੀਂ ਆਸੋ ਇਨਸ਼ਾਅੱਲਾ ਬਹੁਤ ਸ਼ੁਕਰੀਆ।